ਨੰਬਰਦਾਰ ਜੀ ਹਰਜੀਤ ਨੰਬਰਦਾਰ ਜੀ ਉਰੇ ਆ ਜਾਓ ਇੱਧਰ ਆਪਾਂ ਰੁਪਈਏ ਨੋਟ ਕਰਨੇ ਆ ਹਰਦੀਪ ਹਾਂਜੀ ਹਾਂਜੀ ਵਾਧੂ ਬੰਦੇ ਸਾਰੇ ਬਾਹਰ ਕਢਾ ਲਓ ਭਰਾ ਆਪਾਂ ਐਲ ਈ ਡੀ ਦੇਣੀ ਆ ਕਿਹਦੇ ਕਿੰਨੇ ਜੱਫੇ ਉਹ ਨਾਂ ਲਿਖ ਰਿਹਾ ਵੀਰ ਬੈਸਟ ਹਿਟਰ ਤੇ ਬੈਸਟ ਸ਼ਾਫੀ ਨੂੰ ਐਲ ਈ ਡੀਆਂ ਦਿੱਤੀਆਂ ਜਾਣੀਆਂ ਅੱਜ ਦੀ ਵਿਨਰ ਟੀਮ ਕੰਡਿਆਲ ਦੀ 75 ਕਿਲੋ ਦੀ ਸਾਈਕਲ ਦੀ ਪਿੰਡਰਾਂ ਦੀ ਮੇਰਾ ਵੀਰ ਜੋਧਾ ਪਿੰਡਰਾਂ ਵਾਲਾ ਆਇਆ ਮੈਂ ਉਸ ਵੀਰ ਦਾ ਸਾਰੀ ਜ਼ਿੰਦਗੀ ਦੇ ਨਹੀਂ ਦੇ ਸਕਦਾ ਜਿਨ੍ਹਾਂ ਨੇ ਪਹਿਲੀ ਵਾਰੀ ਮੈਨੂੰ ਪਿੰਡਰਾਂ ਪਿੰਡ ਦੇ ਵਿੱਚ ਮੈਕ ਫੜਾਇਆ ਉਹ ਵੱਡੇ ਮੇਲੇ ਤੇ ਇੱਥੇ ਤੱਕ ਪਹੁੰਚਿਆ ਮੈਂ ਉਸ ਵੀਰ ਦਾ ਸਾਰੀ ਜ਼ਿੰਦਗੀ ਦੇ ਨਹੀਂ ਦੇ ਸਕਦਾ ਰੇੜੀ ਰਾਹ ਉਸ ਵੀਰ ਦਾ ਜੋਧਾ ਪਿੰਡਰਾਂ ਵਾਲਾ ਮੇਰੀ ਜ਼ਿੰਦਗੀ ਦਾ ਬੜਾ ਸਤਿਕਾਰਯੋਗ ਵੀਰ ਹੈ ਸਾਰੀ ਜ਼ਿੰਦਗੀ ਰੇੜੀ ਰਹਾਂਗਾ ਉਸ ਵੀਰ ਦਾ ਪਿੰਡਰਾਂ ਵਾਲਾ ਜੋਧਾ ਸਾਡਾ ਵੀਰ ਪਰਮਾਤਮਾ ਲੰਮੀ ਉਮਰਾਂ ਬਖਸ਼ੇ ਉਸ ਵੀਰ ਨੂੰ ਪਰਮਾਤਮਾ ਲੰਮੀ ਉਮਰਾਂ ਬਖਸ਼ੇ ਪਹਿਲੀ ਵਾਰ ਉਸ ਵੀਰ ਨੇ ਬੋਲਣ ਦਾ ਮੌਕਾ ਦਿੱਤਾ ਫਿਰ ਆਪਣੇ ਪਿੰਡ 'ਚ ਤੇ ਉਹ ਤੋਂ ਬਾਅਦ ਤਾਂ ਪਤਾ ਹੀ ਨਹੀਂ ਪੰਜਾਬ ਦਾ ਕੋਨਾ ਕੋਨਾ ਗਾਇਆ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਿਹਰ ਨਾਲ ਹੈਲੋ ਹੈਲੋ ਗੋਲੂ ਸੈਡੀ ਮੈਂਬਰ ਲਿਓ ਬਾਈ ਜੀ ਅਮਰੀਕਾ ਸਵੇਰ ਦਾ ਨਿਸ਼ਕਾਮ ਸੇਵਾ ਕਰ ਰਿਹਾ ਅਮਰੀਕੇ ਨੂੰ 100 ਰੁਪਈਆ ਦਿੱਤਾ ਜਾਂਦਾ ਵਾ ਗੋਲੂ ਸੈਡੀ ਮੈਂਬਰ ਲਿਓ 100 ਰੁਪਈਆ ਅਮਰੀਕਾ ਆ ਕੇ ਸਾਡੇ ਕੋਲ 100 ਦਾ ਨੋਟ ਲੈ ਲਏ ਅਮਰੀਕੇ ਨੇ ਸਵੇਰ ਦੀ ਨਿਸ਼ਕਾਮ ਸੇਵਾ ਕੀਤੀ ਆ 100 ਦਾ ਨੋਟ ਅਮਰੀਕੇ ਨੂੰ ਦਿੱਤਾ ਜਾਂਦਾ ਵਾ ਜਿਹੜਾ ਪਾਣੀ ਦੀ ਸੇਵਾ ਨਿਭਾ ਰਿਹਾ ਸਵੇਰ ਦਾ 100 ਰੁਪਈਆ ਭੱਠੇ ਵਾਲੇ ਲਿਓ ਜਿਹੜਾ ਬੰਦਾ ਕਲੀ ਦੀ ਸੇਵਾ 100 ਰੁਪਈਆ ਉਹ ਸਾਡੇ ਆ ਕੇ ਲੈ ਸਕਦਾ ਵਾ 100 ਰੁਪਈਆ ਕਲੀ ਵਾਲੇ ਨੂੰ ਹੈਲੋ ਹੈਲੋ ਹਾਂਜੀ ਗੁਰਚਰਨ ਸਿੰਘ ਹੌਕੋਂਗ ਮਾਹੀ ਜੋਟ ਵਾਲਾ ਬੰਦੇ ਜਿਹੜਾ ਫਾਈਨਲ ਮੈਚ ਹੋਣ ਜਾ ਰਿਹਾ ਉਹਦੇ ਵਿੱਚ ਜੇ ਕੋਈ ਰੇਡ ਲਿਆ ਸਾਡੇ ਕੋਲ ਲੈ ਲਵੇ 200 ਸਾਡੇ ਕੋਲ ਪਹੁੰਚ ਚੁੱਕਿਆ ਵਾ ਹਾਂਜੀ ਗੁਰਚਰਨ ਸਿੰਘ ਹੌਕੋਂਗ ਬੰਦੇ ਜਿਹੜਾ ਰੇਡ ਲੈ ਆਊਗਾ ਉਹਨੂੰ ਵੀ 100 ਰੁਪਈਆ ਜੇ ਉਹਨੂੰ ਰੱਖ ਲੂਗਾ ਹਰੇਕ ਰੇਡ ਤੇ 100 ਰੁਪਈਆ ਲੱਗੂਗਾ ਜਿਹਦੀਆਂ ਰੇਡਾਂ ਦੇ ਜੱਫ ਜਿਹੜਾ ਆਪਣਾ ਮੈਂਬਰ ਪੰਚਾਇਤ ਉਹਦੇ ਨੂੰ ਵੀ ਜੇ 100 ਰੁਪਈਆ ਜੇ ਲੈ ਆਊ ਮਾਸਟਰ ਅਮਰ ਸਿੰਘ ਜੀ ਕਿੰਗਰਾ ਉਹ ਨਾਲ ਲਿਓ 500 ਦਾ ਨੋਟ ਆ ਗਿਆ ਜੀ ਜਿਹੜੀ ਵੀ ਟੀਮ ਜਿੱਤਦੀ ਆ 500 ਦਾ ਨੋਟ ਹਾਂਜੀ ਮੈਂ ਨਾ ਬਾਈ ਪਿੰਡਾਂ ਕਮੇਡੀਅਨ ਤੇ ਮਨਜੀਤਾ ਟੈਂਟ ਵਾਲਾ ਹਰ ਪੁਆਇੰਟ ਤੇ 100 ਰੁਪਈਆ ਦੇਣਗੇ ਹਾਂਜੀ ਮੈਂ ਨਾ ਬੋਲਾਂਗਾ ਪਹਿਲਾਂ ਜਿਹੜਾ ਮੇਰੀ ਹਰੇਕ ਦਾ ਮੈਂ ਨਾ ਬੋਲਣਾ ਦਰਜ ਰੀਡਰ ਦਾ ਤੇ ਜਾਫੀ ਦਾ ਅੱਜ ਦਾ 25ਵਾਂ ਕਬੱਡੀ ਦਾ ਟੂਰਨਾਮੈਂਟ ਕੋਕਰੀ ਪਿੰਡ ਦੇ ਦਰਸ਼ੀ ਦੀ ਯਾਦ ਕਰਵਾਇਆ ਜਾ ਰਿਹਾ ਹੈ ਮੇਰੀ ਬੇਨਤੀ ਹੈ ਦੋਵਾਂ ਟੀਮਾਂ ਨੂੰ ਸਾਡਾ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਜੀ ਕਾਕਾ ਉਹਨਾਂ ਲਈ 500 ਦਾ ਨੋਟ ਇੱਕ ਹੋਰ ਆ ਗਿਆ ਜੀ ਜੇਤੂ ਟੀਮ ਨੂੰ 500 ਦਾ ਨੋਟ ਇੱਕ ਹੋਰ ਆ ਗਿਆ ਜਿਹੜੀ ਵੀ ਟੀਮ ਜਿੱਤਦੀ ਆ 500 ਦਾ ਨੋਟ ਹਰਦੀਪ 2 ਮਿੰਟ ਵਾਸਤੇ ਮੌਨ ਕਰਾਓ ਯਾਰ ਹਾਂਜੀ ਹਾਂਜੀ 2 ਮਿੰਟ ਦਾ ਮੌਨ ਜਿਹੜਾ ਸਟਾਰਟ ਹੋਣ ਤੋਂ ਪਹਿਲਾਂ ਆਪਾਂ ਦੇ ਹੈਲੋ ਹਾਂਜੀ 2 ਮਿੰਟ ਦਾ ਮੌਨ ਜਿਹੜਾ ਆਪਾਂ ਲਵਾਂਗੇ ਮੈਚ ਸਟਾਰਟ ਹੋਣ ਤੋਂ ਪਹਿਲਾਂ ਕਬੱਡੀ ਮਹਾਨ ਦਾ ਖਿਡਾਰੀ ਦਰਸ਼ਨ ਸਿੰਘ ਦਰਸ਼ੀ ਕੋਕਰੀ ਵਾਲਾ ਜੀ ਉਹਦੀ ਯਾਦ ਦੇ ਵਿੱਚ ਅੱਜ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਬਿੱਲੇ ਬਾਈ ਮੈਚ ਨਹੀਂ ਸਟਾਰਟ ਕਰਵਾਉਣਾ 2 ਮਿੰਟਾਂ ਦਾ ਮੌਨ ਜਿਹੜਾ ਦਰਸ਼ੀ ਕੋਕਰੀ ਵਾਲੇ ਦੀ ਯਾਦ ਦੇ ਵਿੱਚ 2 ਮਿੰਟ ਦਾ ਮੌਨ ਜਿਹੜਾ ਹਾਂਜੀ ਗਰਾਊਂਡ ਜਿਹੜੀ ਕਲੀਅਰ ਕਰਦੇ ਬਲਜੀਤ ਬਾਈ ਮੈਚ ਨਹੀਂ ਸਟਾਰਟ ਕਰਵਾਉਣਾ 2 ਮਿੰਟ ਦਾ ਮੌਨ ਜਿਹੜਾ ਆਪਾਂ ਧਾਰਨ ਕਰਾਂਗੇ ਸਾਰੇ ਮੇਰੇ ਦਰਸ਼ਕਾਂ ਨੂੰ ਬੇਨਤੀ ਜਿੱਥੇ ਜਿੱਥੇ ਬੈਠੇ ਖੜੇ ਹੋ ਜਾਣਾ ਆਪਾਂ ਹਾਂਜੀ ਸਾਰੇ ਵੀਰ ਜਿਹੜੇ ਗਰਾਊਂਡ ਤੋਂ ਬਾਹਰ ਹੋ ਜਾਣ ਸਾਰੇ ਦਰਸ਼ਕ ਵੀਰ ਆਪ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਮੇਰੀ ਬੇਨਤੀ ਹੈ ਉਹ ਕਬੱਡੀ ਦਾ ਮੁੰਡਾ ਮਹਾਨ ਖਿਡਾਰੀ ਰਿਹਾ ਆਪਣੇ ਸਮੇਂ ਦਾ ਦਰਸ਼ਨ ਸਿੰਘ ਦਰਸ਼ੀ ਕੋਕਰੀ ਵਾਲਾ ਆਪਾਂ ਉਹਦੀ ਯਾਦ ਦੇ ਵਿੱਚ ਪਰਮਾਤਮਾ ਉਸ ਵਿਚੜੀ ਰੂਹ ਨੂੰ ਆਪਣੇ ਚਰਨਾਂ ਤੇ ਨਿਵਾਸ ਬਖਸ਼ੇ 2 ਮਿੰਟ ਦਾ ਮੌਨ ਜਿਹੜਾ ਆਪਾਂ ਲਵਾਂਗੇ
बहुत बहुत धन्यवाद है साडे सारे दर्शक वीरों का। परमात्मा उस विछड़ी रूह नूं अपने चरणों के निवास बख्शे। मैनू अज भी यह समा याद है, मैनू अज भी यह समा याद है। पहला मैं जोधे भाई का धन्यवाद किया भिंडरां वाले का, बाजे खाने के कोले पिंड झखड़ वाला मैं कमेंट्री करन गया, जो उन्होंने कोकरी पिंड का नाम बोलिया मेरा नाम लिया माइक तो बहु जी हरदीप एक मिनट जेतू टीम 500 रुपया भाई केवल सिंह जी लैट साडे सबका सोसाइटी मैंबर आ उन्होंने 500 रुपया जेतू टीम होर आ गया जी 2000 हो गया जी भाई जी पिंडा कनेडा जी भाई मनजीता जी हर पॉइंट से 100 रुपया देंगे हरेक पॉइंट से 100 रुपया देंगे केवल सिंह जी लैटर 500 का नोट होर आ गया जी जेतू टीम कुल मिला के मेरे हिसाब से 2000 रुपया हो चुका जी भाई जी सारे साडे जिन्ने भी दर्शकों ने बेनती है हेलो बाहर आके साडे कोल जदों रोका करा लो बिच जाने की कोशिश ना करो कोई भी असीं भाई जी एक एक मैच ते एक एक पॉइंट ने एलईडी ते स्टिकर लाणा वा आ भाई कच्चा एक जप्पे भाई पाल साहब हेलो भाई जी पल्ले ना करो एक एक जप्पे एलईडी ते स्टिकर लाणा पाल मेंबर पंचायत उन्हां ने भी 100 रुपया हरेक रेट ते हरेक जप्पे दे मेरा वीर सारे लाइन तो पाछो जो मैच वाली साडे 20 21 पॉइंट साढ़े थैंक यू साढ़े भी 21 पॉइंट नोट कर लो साढ़े भी 21 एक मिनट पहला कन्फर्म कर लो यार कित्थे है 16 ते है वीरे बगीचे 16 ते है भाई 16 ते है भाई 16 ते पहली कबड्डी कहिंदे इंदगर दे रेशम जी एलईडी दे फैसले होण लगे है खेड मैदान दे विच लो पई हुई कबड्डी है कि लगदे ने खेड मेले हर पिंड हर शहर देशों के विदेशों से पसार लो तो पैर जदों का विश्व कप होड़ लग्या दुनिया पूरी च गई शाह नहीं कबड्डीए बल्ले नहीं कबड्डीए वाह नहीं कबड्डीए पहला पॉइंट कहने इंदगढ़ के रेशम का निंदू तगड़ा हो नौजवाना खेड मैदान पुराने वाली निका कहने कल भी एल सी डी का जेतू बनिया सुखजिंदर सिंह जी यूएसए वाले नाल गुरजंत सिंह जी कनेडा वाले 500 रुपया निरभय सिंह जी मनीला निंदू इंदगढ़ का पॉइंट अपनी टीम दे सकदा इंदगढ़ का निंदू दर्शन सिंह जी दर्शी की याद में उन्होंने 500 रुपया होर दिता जाता जी जेतू टीम जिहड़ी भी टीम जितती है निरभय सिंह जी मनीला लिखो साढ़े कबड्डी खिडारी दर्शन सिंह जी दर्शी उन्होंने याद में निंदू पॉइंट लेके भजे है इधर पुराने वाले का प्रीतम कबड्डी पा रहे हैं बगीचा सिर तकड़ा हो नौजवाना भाई हुई कबड्डी है लग गया 100 रुपया जे रख दिया तो 100 होगा जे प्रीतम भजदा तो 100 होगा जी गोलू कगड़े वाला गोलू कहते गगड़े वाला अगली कबड्डी पाने वादा होया टेका धरती मान काका सैटी प्रधान उन्होंने भी प्रीतम 100 रुपया 200 रुपया लो जी 200 रुपया हो गया जी प्रीतम का जसवीर मैणा जी लाइन से आ जाए जसवीर मैणा जी जसवीर महने वाला लाइनमैन की जिम्मेवारी सामने आके निर्मल सिंह जी कनेडा वाले 500 रुपया प्रीतम ने दिंदे है चल भी गोलू नौजवान पा कबड्डी गोलू कहते इस समय गगड़े वाला कबड्डी पाता हो खेड मैदान के गगड़े वाले गोलू का बोलिया है धावा चार जाफी निका मनजिंदर गुरमीत निर्मल कनेडा वाला नाल तारा सिंह जी जौड़ उसे हरचंद सिंह जी दिल्ली वाले 1000 रुपया पुराने वाली टीम ने देंगे इधर निका गोलू मुकाबला हो गया खेड मैदान के पैसे कबड्डी है कहते इस वे गोलू की पॉइंट रेडर का पॉइंट गोलू गगड़े वाले का रेशम इंदगढ़ का बगीचा तगड़ा हो नौजवाना खेड मैदान के पाई हुई कबड्डी है कहते इस वे पाई हुई कबड्डी कि सोन सिंह ढिलों का पुत बगीचा इंदगढ़ का लो देखना भी पाई हुई कबड्डी से गल कहो जी एक पासे रेशम दूजे पासे बगीचा मुकाबला हो गया गुट फड़िया गया तो पॉइंट रेडर का पॉइंट रेडर का खेड मैदान पुराने खिलाड़ी भाई पाला जी उन्होंने मुंडे लियो 1000 रुपया जिहड़ी टीम जितती है जी 500 दे दो रोड आ गए 1000 रुपया उन्होंने लियो जी गुरी गाल समय कबड्डी
ਰਾਣੀਵਾਲ ਦਾ ਨਿੱਕਾ ਟਰਾਈ ਕਰਦਾ ਪਰ ਪੁਆਇੰਟ ਗਾਲਬ ਦੇ ਗੁਰੀ ਦਾ ਬੈਸਟ ਰੇਡਰ ਨੂੰ ਐਲਈਡੀਆਂ ਦਿੱਤੀਆਂ ਜਾਣੀਆਂ ਸੁਖਜਿੰਦਰ ਸਿੰਘ ਦੀ ਯੂਐਸਏ ਵਾਲੇ ਰੇਸ਼ਮ ਲਈ 100 ਰੁਪਏ ਟੀਮਾਂ 100 ਰੁਪਇਆ ਹੋਰ ਲੱਗ ਗਿਆ ਜੀ ਪ੍ਰੀਤਮ ਤੇ 100 ਰੁਪਇਆ ਜੀ 100 ਰੁਪਇਆ ਚਾਹੇ ਜੱਫਾ ਚਾਹੇ ਰੇਡ 100 ਰੁਪਇਆ ਹੋਰ ਲੱਗ ਗਿਆ ਜੀ ਇੱਧਰ ਬਗੀਚਾ ਇੰਦਗੜ੍ਹ ਦਾ ਆਹੋ ਜੀ 100 ਰੁਪਇਆ ਜਾਫੀ ਦਾ ਹੋ ਗਿਆ ਜੀ 100 ਰੁਪਏ ਤੇ ਨੋਟ ਕਰ ਲਾ ਪੁਆਇੰਟ ਕਹਿੰਦੇ ਇੰਦਗੜ੍ਹ ਦੇ ਬਗੀਚੇ ਦਾ ਚੱਲ ਵੀ ਨਿੰਦੂ ਨੌਜਵਾਨਾਂ ਪਾ ਕਬੱਡੀ ਪਾ ਵੀ ਨੌਜਵਾਨਾਂ ਕਬੱਡੀ ਇੱਧਰ ਕਹਿੰਦੇ ਪਿੰਡਾਂ ਕਨੇਡਾ ਜੀ ਭਾਈ ਮਨਜੀਤਾ ਜੀ ਹਰ ਪੁਆਇੰਟ ਦੇ 100 ਰੁਪਇਆ ਦੇਣਗੇ ਆ ਜੇਤੂ ਬਰਾਨੋ 100 ਰੁਪਇਆ ਹੋਰ ਲੱਗ ਗਿਆ ਜੀ ਦੀਪਾ ਇਟਲੀ ਵਾਲੇ ਲਿਓ 100 ਰੁਪਇਆ ਸਾਡਾ ਕਬੱਡੀ ਖਿਡਾਰੀ ਵੀ ਰਿਹਾ ਉਹ 100 ਰੁਪਇਆ ਲਿਓ ਆ ਗਿਆ ਜੀ ਜਿਹੜੀ ਟੀਮ ਜਿੱਤੀ ਆ ਜੀ 100 ਰੁਪਇਆ ਮਨਜੀਤਾ ਟੈਂਟ ਵਾਲਾ ਇਹ ਦੋ ਹੋ ਗਏ ਭਾਈ ਮਨਜੀਤਾ ਟੈਂਟ ਵਾਲਾ ਤੇ ਪਿੰਡਾ ਕਨੇਡਾ ਜੀ ਹਰ ਪੁਆਇੰਟ ਤੇ 100 ਰੁਪਇਆ ਦੇ ਰਹੇ ਆ ਆਪਾਂ ਧੰਨਵਾਦ ਕਰਦੇ ਹਾਂ ਪੁਆਇੰਟ ਇੱਕ ਇੱਕ ਗਿਣਾ ਜਾਣਾ ਥੈਂਕ ਯੂ ਵੀ ਡੇਰਾ ਬੈਸਟ ਚ ਬੈਸਟ ਦੇ ਉਹ ਜਿਹੜਾ ਨਹੀਂ ਗਿਣਾ ਜਾਣਾ ਸਤਪਾਲ ਮੈਂਬਰ ਤੇ ਸਾਡੇ ਮਾਹੀ ਰਿਜ਼ੋਰਟ ਵਾਲੇ ਗੁਰਚਰਨ ਸਿੰਘ ਉਹਨਾਂ ਨੂੰ ਦੋਨਾਂ ਟੀਮਾਂ ਨੂੰ ਜਿੰਨੇ ਜਿੰਨੇ ਪੁਆਇੰਟ ਉਹਨੇ ਉਹਨੇ 100 ਦੇ ਨੋਟ ਲੰਮੇ ਲੰਮੇ ਮਿਲਣੇ ਆ ਜੀ ਮਾਹੀ ਰਿਜ਼ੋਰਟ ਵਾਲਿਆਂ ਨੂੰ ਬਥੇਰਾ ਕਰਾਇਆ ਪਾਇਆ ਲੋਕ ਕਹਿੰਦੇ 100 ਦੇ ਨੋਟ ਕਹਿੰਦੇ ਪਿਤਾ ਨੇ ਕਬੱਡੀ ਸਿਰੇ ਦੀ ਖੇਡੀ ਹੈ ਫੌਜੀ ਦੀ ਕਬੱਡੀ ਦਾ ਵਾਰਸ ਉਸ ਸਮੇਂ ਕਬੱਡੀ ਪਾ ਰਹੇ ਭੈਦੇ ਲਵੋ ਦਰਸ਼ੀ ਦੀ ਯਾਦ ਦੇ ਵਿੱਚ ਹੋਵੇ ਜੀ 500 ਦਾ ਨੋਟ ਦਿੱਤਾ ਗਿਆ ਵਾ ਜੀ 500 ਦਾ ਨੋਟ ਦਿੱਤਾ ਗਿਆ ਵਾ ਜਿਹੜੀ ਵੀ ਜੇਤੂ ਟੀਮ ਆ ਉਹਨੂੰ 500 ਪੁਆਇੰਟ ਗਗੜੇ ਵਾਲੇ ਗੋਲੂ ਦਾ ਪੁਆਇੰਟ ਕਹਿੰਦੇ ਗਗੜੇ ਦੇ ਗੋਲੂ ਇੱਧਰ ਪ੍ਰੀਤਮ ਦੀ ਪੈਸੇ ਕਬੱਡੀ ਹੈ ਬਗੀਚਾ ਤਗੜਾ ਹੋ ਨੌਜਵਾਨਾਂ 100 ਰੁਪਇਆ ਪਿੰਡੇ ਗੱਲ ਹੋਰ ਲੱਗ ਗਿਆ ਪ੍ਰੀਤਮ ਦੇ ਜੀ ਇੱਧਰ ਕਹਿੰਦੇ 100 ਰੁਪਇਆ ਪ੍ਰੀਤਮ ਦਾ ਹੋਰ ਲਿਖੋ ਜੀ ਸ਼ਿੰਦਰ ਨੇ ਟਰਾਈ ਕੀਤੀ ਹੈ ਇੰਦਗੜ੍ਹ ਵਾਲੇ ਨੇ ਪੁਆਇੰਟ ਪ੍ਰੀਤਮ ਦਾ ਏਕਮ ਟੀਮਾਂ ਦੀ ਪੁਰਾਣੇ ਵਾਲੀ ਹੈ ਨਿੱਕੇ ਲਈ 100 ਰੁਪਇਆ ਭੇਜਦੇ ਹੈ ਇੱਧਰ ਇੰਦਗੜ੍ਹ ਵਾਲਾ ਕਬੱਡੀ ਪਾ ਰਿਹਾ ਇੰਦਗੜ੍ਹ ਵਾਲਾ ਨਿੰਦੂ ਕਬੱਡੀ ਪਾਉਂਦਾ ਹੋਇਆ ਕੇਵਲ ਜੀ ਨਿੰਦੂ ਤੇ ਲੱਗ ਗਿਆ 100 ਰੁਪਇਆ ਜੀ ਚਾਹੇ ਕੇਵਲ 100 ਰੁਪਇਆ ਲੱਗ ਗਿਆ ਜੀ ਨਿੰਦੂ ਤੇ ਦਰਸ਼ੀ ਦੇ ਜੀ ਜਲੀਓ 100 ਰੁਪਇਆ ਲੱਗ ਗਿਆ ਜੀ ਇੰਦਗੜੀਏ ਨਿੰਦੂ ਨੇ ਪੁਆਇੰਟ ਜੋੜ ਦਿੱਤਾ ਹੈ ਕੇਵਲ ਲਿਟ ਦੀ 100 ਰੁਪਇਆ ਪੁਰਾਣੇ ਵਾਲੀ ਪ੍ਰੀਤਮ ਲਈ ਭੇਜਦੇ ਹੈ ਫਾਈਨਲ ਮੈਚ ਜਿਹੜਾ ਗੱਲ ਵਾਲਾ ਖੇਡਿਆ ਜਾ ਰਿਹਾ ਇੱਧਰ ਕਹਿੰਦੇ ਰੇਸ਼ਮ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਰੇਸ਼ਮ ਦੇ 100 ਰੁਪਇਆ ਹੋਰ ਲੱਗ ਗਿਆ ਪਿੰਡੇ ਗੱਲ ਲਿਓ ਜੀ 100 ਮਿਠਾਸ ਦੇ ਵਿੱਚ ਇੰਜ ਬੋਲਦਾ ਜਿਵੇਂ ਮਿਠਾਸ ਦੇ ਵਿੱਚ ਉੜੀਸਾ ਸਟਾਰ ਹੋ ਗਿਆ ਇੰਦਗੜ੍ਹ ਵਾਲਾ ਬਗੀਚਾ ਉਸ ਕਬੱਡੀ ਦਾ ਸਟਾਰ ਹੋ ਗਿਆ ਇੰਦਗੜ੍ਹ ਵਾਲਾ ਬਗੀਚਾ ਇੱਧਰ ਕਹਿੰਦੇ ਪੁਆਇੰਟ ਇੱਧਰ ਦਾ ਚੱਲ ਵੀ ਗਗੜੇ ਵਾਲਾ ਬਾਲ ਨੌਜਵਾਨਾਂ ਅੱਗੇ ਖੇਡ ਮੈਦਾਨ ਦੇ ਵਿੱਚ ਕਿ ਪਿਤਾ ਪਰ ਪੂਤ ਨਸਲ ਪਰ ਘੋੜਾ ਬਹੁਤਾ ਨੀਤਾ ਬਹੁਤਾ ਨੀਤਾ ਥੋੜਾ ਥੋੜਾ ਬਾਪ ਨੇ ਵੀ ਸਿਰੇ ਦੀ ਕਬੱਡੀ ਖੇਡੀ ਹੈ ਤੇ ਪੁੱਤ ਵੀ ਸਟਾਰ ਹੈ ਮਹੀਆਂ ਵਾਲੇ ਦਾ ਮੇਲਾ ਲੁੱਟਿਆ ਕਦੇ ਗੱਲ ਪੋਤੀਆਂ ਵਾਲੇ ਦੀ ਕਦੇ ਗੱਲ ਡਾਲੇ ਦੇ ਕਬੱਡੀ ਕੱਪ ਦੀ ਅੱਜ ਕਹਿੰਦੇ ਕੋਕਰੀ ਦੀ ਧਰਤੀ ਤੇ ਗਗੜੇ ਵਾਲਾ ਨੱਚਦਾ ਆਉਂਦਾ ਭੱਜਾ ਆਉਂਦਾ ਨਿੱਕਿਆ ਤਗੜਾ ਹੋ ਨੌਜਵਾਨਾਂ ਤਗੜਾ ਹੋ ਕੱਲ ਕਹਿੰਦੇ ਐਲਸੀਡੀ ਜਿੱਤੀ ਹੈ ਬੁੱਗੀਪੁਰੇ ਦੇ ਵਿੱਚ 100 ਰੁਪਇਆ ਫੇਰ ਲੱਗ ਗਿਆ ਦੀਪਾ ਇਟਲੀ ਉਹਦੇ ਲਈ 100 ਰੁਪਇਆ ਫੇਰ ਲੱਗ ਗਿਆ ਜੀ ਪ੍ਰੀਤਮ ਦੇ ਜੱਫਾ ਜਾਂ ਰੇਡ 100 ਰੁਪਇਆ ਫੇਰ ਲੱਗ ਗਿਆ ਜੀ ਇੱਧਰ 100 ਰੁਪਇਆ ਮੁਕਾਬਲਾ ਹੋ ਚੁੱਕਿਆ ਹੈ ਹਾਂ ਇੰਦਗੜ੍ਹ ਦਾ ਬਗੀਚਾ ਪੁਆਇੰਟ ਜਾਫੀ ਦਾ ਪੁਆਇੰਟ ਬਗੀਚੇ ਦਾ ਜਾਫੀ ਦਾ ਹੋ ਗਿਆ ਜੀ ਇੰਦਗੜ੍ਹੀਏ ਜਾਫੀ ਦਾ 100 ਇੰਦਗੜ੍ਹੀਏ ਜਾਫੀ ਦਾ ਇੰਦਗੜ੍ਹ ਦੇ ਬਗੀਚੇ ਦਾ ਪੁਆਇੰਟ ਇੰਦਗੜ੍ਹ ਦੇ ਬਗੀਚੇ ਦਾ ਨਿੰਦੂ ਇੰਦਗੜ੍ਹ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਆਇਆ ਇੰਦਗੜ੍ਹ ਦੀ ਧਰਤੀ ਦਾ ਨਿੰਦੂ ਇਸ ਸਮੇਂ ਕਬੱਡੀ ਪਾ ਰਿਹਾ ਅਸੀਂ ਦੂਜੇ ਦਾ ਵੀ ਮੌਕਾ ਦੇਣਾ ਭਾਈ ਦੂਜੇ ਤੋਂ ਵੀ ਪੈਸੇ ਲੈਣੇ ਆ 100 ਰੁਪਇਆ ਹੋ ਗਿਆ ਲੱਗਦਾ 100 ਦੇ ਨੋਟ ਨੂੰ ਹੱਥ ਪਾ ਲਿਆ 200 ਹੋ ਗਿਆ ਜੀ ਪੁਰਾਣੇ ਵਾਲੀਏ ਦਾ 200 ਰੁਪਇਆ ਪੁਰਾਣੇ ਬੱਲੇ ਬੱਲੇ ਪਈ ਹੈ ਕਾਕੇ ਪ੍ਰਧਾਨ ਵਾਲੀ 100 ਰੁਪਇਆ ਸਵਾਦ ਆ ਗਿਆ ਅੱਜ ਦੇ ਮੈਚਾਂ ਦਾ ਪੁਰਾਣੇ ਵਾਲੀ ਆ ਗੁਰਮੀਤ ਜੱਫਾ ਲਾ ਚੁੱਕਿਆ ਇੰਦਗੜ੍ਹ ਦਾ ਰੇਸ਼ਮ ਬਗੀਚਾ ਜਾਂ ਫਿਰ ਸ਼ਿੰਦਰ ਜਾਂ ਫਿਰ ਗਿੱਲ ਕੌਣ ਜੱਫਾ ਲਾਵੇਗਾ ਜੱਫਾ ਲਾਉਣਾ ਮੇਰੇ ਵੀਰੋ ਗੱਲ ਸਮੇਂ ਦੀ ਹੋਣੀ ਹੈ ਇੱਧਰ ਕਹਿੰਦੇ ਇੰਦਗੜ੍ਹ ਵਾਲਾ ਰੇਸ਼ਮ ਕਬੱਡੀ ਪਾ ਰਿਹਾ ਸਤਪਾਲ ਮੈਂਬਰ
ਤੇ ਮਾਹੀ ਰਿਜ਼ੋਰਟ ਵਾਲੇ ਗੁਰਚਰਨ ਸਿੰਘ ਬਾਈ ਜੀ ਉਹਨਾਂ ਨੇ ਉਹ 100-100 ਦੇ ਨੋਟ ਲੱਗੇ ਹੋਏ ਜੀ, ਹਰੇਕ ਪੁਆਇੰਟ ਦੇ ਉੱਪਰ 100-100 ਦੇ ਨੋਟ ਲੱਗੇ ਆ ਜੀ। ਨਾਲੇ ਸਾਡੇ ਭਿੰਦਾ ਗੱਲ ਜੀ ਕੈਨੇਡੀਆ ਦਾ ਮਨਜੀਤ ਮੈਂਬਰ ਨੇ ਉਹ ਵੀ 100 ਰੁਪਇਆ ਇਹ ਪੁਆਇੰਟ ਤੇ ਫੇਰ ਲੱਗਾ ਵਾ ਜੀ 100 ਰੁਪਇਆ ਰੇਸ਼ਮ ਨੂੰ ਦਿੱਤਾ ਜਾਣਾ ਕਿ ਕਿੱਧਰ ਜਾਣਾ, 100 ਰੁਪਇਆ ਰੇਸ਼ਮ ਦਾ ਹੋ ਗਿਆ ਜੀ। ਤਾਰਾ ਸਿੰਘ ਤੇ ਨਿਰਮਲ ਸਿੰਘ ਜੀ ਕੈਨੇਡਾ ਉਹ ਗੁਰਮੀਤ ਲਈ 500-500 ਰੁਪਇਆ ਭੇਜਦੇ 1000 ਰੁਪਇਆ ਆਪਾਂ ਧੰਨਵਾਦ ਕਰਦੇ ਹਾਂ। ਇਧਰ ਕਹਿੰਦੇ ਗੋਲੂ ਖਗੜੇ ਵਾਲਾ ਨੱਚਦਾ ਟੱਪਦਾ ਕਬੱਡੀ ਪਾ ਰਹੇ ਵਾਲੇ ਗੋਲੂ ਦਾ 100 ਖਗੜੇ ਵਾਲਾ ਪੁਆਇੰਟ ਲੈ ਕੇ ਮਾਹੀ ਰਿਜ਼ੋਰਟ ਵਾਲੇ 100 ਰੁਪਇਆ 7-12 ਲਿਖੋ ਸੀ ਜੀ, 100 ਲਿਖੋ ਜੀ 100 ਰੁਪਇਆ। ਇਧਰ ਕਹਿੰਦੇ ਰੀਤਾ ਸਾਰੇ ਵਾਲੇ ਦਾ ਖੇਡ ਮੈਦਾਨ ਦੇ ਵਿੱਚ ਲੱਗਿਆ ਲੱਤੀ ਫੜੇ ਗਿੱਟੇ, ਖੇਡ ਮੈਦਾਨ ਦੇ ਵਿੱਚ ਹੋ ਗਿਆ ਮੁਕਾਬਲਾ, ਵਾਹ 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 ਬੱਲੇ 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 ਹੋ ਗਈ ਹੈ, ਵਾਹ ਨੌਜਵਾਨਾਂ ਤਾੜੀਆਂ ਵਾਲਾ ਦਰਸ਼ਕ ਵੀਰੋ। ਗੋਲੂ ਮੈਂਬਰ ਵਾਲਿਓ ਸੈਡੀ ਮੈਂਬਰ ਉਹਨਾਂ ਵਾਲਿਓ ਜਿਹੜੀ ਵੀ ਟੀਮ ਜਿੱਤਦੀ ਆ ਜੀ 500 ਦਾ ਨੋਟ, ਪਹਿਲਾਂ ਟੀਮ ਨੂੰ ਨੋਟ ਕਰੋ ਜੀ 500 ਦਾ ਨੋਟ ਪੁਆਇੰਟ ਕਹਿੰਦੇ ਰੇਟ ਤੇ ਫੇਰ ਲੱਗ ਗਿਆ ਮਨਜੀਤੇ ਪੈਂਟਾਂ ਦੇ ਹੌਸਲੇ ਵੇਲੋ ਜੀ 100 ਰੁਪਇਆ ਮਾਹੀ ਰਿਜ਼ੋਰਟ 100 ਰੁਪਇਆ ਪਿੰਡਾ ਗੱਲ ਲਿਖੋ ਜੀ ਤੇ 100 ਰੁਪਇਆ 7-12 ਮੈਂਬਰ ਲਿਖੋ ਜੀ ਤੇ ਫੇਰ ਲੱਗ ਗਿਆ ਜੀ 100 ਰੁਪਇਆ। ਕੇਵਲ ਸਿੰਘ ਜੀ ਲਿੰਟ 100 ਰੁਪਇਆ ਭੇਜਦੇ ਨਿਗੜੀ ਗਿੱਲ ਲਈ। ਇੱਧਰ ਕਹਿੰਦੇ ਪੁਆਇੰਟ ਕਿੱਧਰ ਹੈ ਜੀ, ਪੁਆਇੰਟ ਰੇਡਰ ਦਾ ਇੰਦਗੜ ਦੇ ਨਿੰਦੂ ਦਾ। ਇੱਧਰ ਕਹਿੰਦੇ ਰੇਸ਼ਮ ਇੰਦਗੜ ਵਾਲਾ ਕਬੱਡੀ ਪਾ ਰਿਹਾ 100 ਰੁਪਇਆ ਰੇਸ਼ਮ ਤੇ ਫੇਰ ਲੱਗ ਗਿਆ ਜੀ ਮਨਜੀਤੇ ਮੈਂਬਰ ਵਾਲਿਓ ਪਿੰਦੇ ਗੱਲ ਵਾਲਿਓ 100 ਰੁਪਇਆ ਮਾਹੀ ਰਿਜ਼ੋਰਟ ਵਾਲਿਆਂ ਵਾਲਿਓ 100 ਰੁਪਇਆ ਜੀ 100 ਰੁਪਇਆ 7-12 ਮੈਂਬਰ ਵਾਲਿਓ ਜੀ 100 ਰੁਪਇਆ ਰੇਸ਼ਮ ਤੇ ਚੱਕ ਲਓ ਵੀ 100 ਦਾ ਨੋਟ ਆ ਇਹ 100 ਦਾ ਨੋਟ ਹੋਗਾ ਵੀ 3-4 ਕਹਿੰਦੇ ਰੇਡਰ ਦਾ ਪੁਆਇੰਟ ਕਹਿੰਦੇ ਇੰਦਗੜ ਵਾਲੇ ਰੇਸ਼ਮ ਦਾ ਗੋਲੂ ਖਗੜੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਗੋਲੂ ਖਗੜੇ ਵਾਲਾ ਕਬੱਡੀ ਪਾ ਰਿਹਾ ਤਕੜਾ ਹੋ ਨੌਜਵਾਨਾ ਤਕੜਾ ਹੋ। ਇੱਧਰ ਕਹਿੰਦੇ ਗਗੜੇ ਵਾਲੇ ਗੋਲੂ ਦੀ ਪਈ ਸੀ ਕਬੱਡੀ ਹੈ, ਗੱਲ ਕਿਹੋ ਜਿਹੀ ਆਉਣੀ ਹੈ, ਗੱਲ ਕਿਹੋ ਜਿਹੀ ਆਉਣੀ ਹੈ। ਅੱਜ ਕਹਿੰਦੇ ਐਲਈਡੀਆਂ ਸੈਮਸੰਗ ਕੰਪਨੀ ਦੀਆਂ ਦਿੱਤੀਆਂ ਜਾਣੀਆਂ 26-26 ਦੀਆਂ। ਗੁਰਮੀਤ ਗਗੜੇ ਵਾਲੇ ਦਾ ਗੋਲੂ ਗਗੜੇ ਵਾਲਾ ਪੁਆਇੰਟ ਰੇਡਰ ਦਾ ਪੁਆਇੰਟ 500 ਦਾ ਨੋਟ ਆ ਜੀ ਜਿਹੜੀ ਵੀ ਟੀਮ ਜਿੱਤਦੀ ਹੈ ਸਰਦਾਰ ਜਗਤਾਰ ਸਿੰਘ ਚੱਲਿਓ ਮਿਲਾ ਕੇ 500 ਦਾ ਨੋਟ ਪਿੰਨਾ ਟੀਮ ਨੂੰ ਹੋਰ ਆ ਗਿਆ ਜੀ ਇੱਕ 500 ਦਾ ਨੋਟ ਲੱਡੂ ਵੀਰੇ 500 ਦਾ ਨੋਟ ਕਬੱਡੀ ਨਿੰਦੂ ਇੰਦਗੜ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਇੰਦਗੜ ਦਾ ਨਿੰਦੂ ਇਸ ਸਮੇਂ ਕਬੱਡੀ ਪਾ ਰਹੇ 7-12 ਮੈਂਬਰ ਉਹਨਾਂ ਲਈ 100-100 ਦੇ ਨੋਟ ਹਰੇਕ ਪੁਆਇੰਟ ਦੇ ਦਿੱਤੇ ਜਾ ਰਹੇ ਆ ਜੀ 100-100 ਦੇ ਨੋਟ ਮਨਜੀਤੇ ਟੈਂਟ ਹਾਊਸ ਵਾਲਿਆਂ ਲਿਖੋ ਆ ਨਿੰਦੂ ਨੂੰ 100 ਰੁਪਇਆ ਹੋਰ ਆ ਗਿਆ ਜੀ 100 ਰੁਪਇਆ ਨਿੰਦੂ ਦੇ ਖਾਤੇ ਲਿਖੋ ਜੀ 100 ਰੁਪਇਆ ਮਨਜੀਤੇ ਲਿਖੋ ਨਿੰਦੂ ਦੇ ਖਾਤੇ ਲਿਖੋ। ਇੱਧਰ ਕਹਿੰਦੇ ਪੁਆਇੰਟ ਇੰਦਗੜ 100 ਰੁਪਇਆ ਹੋਰ ਲੱਗ ਗਿਆ ਜੀ ਪਿੰਡਾ ਗੱਲ ਮਨਜੀਤ ਟੈਂਟ ਹਾਊਸ ਵਾਲਿਆਂ ਦੇ ਉਹਨਾਂ ਲਿਖੋ 100 ਰੁਪਇਆ 7-12 ਮੈਂਬਰ 100 ਰੁਪਇਆ ਮਾਹੀ ਰਿਜ਼ੋਰਟ ਵਾਲੇ ਗੁਰਚਰਨ ਸਿੰਘ ਜੀ ਉਹਨਾਂ ਲਿਖੋ 300 ਦਾ ਨੋਟ ਆ ਗਿਆ ਜੀ 100 ਕਾਕੇ ਮੈਂਬਰ ਲਿਖੋ ਜੀ 100 ਰੁਪਇਆ ਕਾਕੇ ਮੈਂਬਰ ਲਿਖੋ ਜੀ 400 ਬਾਈ ਮਨਜਿੰਦਰ ਜੀ ਬਾਈ ਜਗਤਾਰ ਜੀ ਬਾਈ ਕਾਕਾ ਜੀ ਲੱਡੂ ਬਾਈ ਦੇ ਮਿੱਤਰਾਂ ਦੀ ਦੁਨੀਆ ਦੇ ਵਿੱਚ ਧੰਨਵਾਦ ਕਰਦੇ ਹਾਂ ਮਨਜਿੰਦਰ ਡੱਲੇ ਵਾਲਾ ਨਾਲ ਬਾਈ ਕਾਕਾ ਜੀ ਨਾਲ ਬਾਈ ਸੁਖਦੇਵ ਜੀ ਸ਼ੇਰਪੁਰੇ ਵਾਲੇ ਆਪਾਂ ਧੰਨਵਾਦ ਕਰਦੇ ਹਾਂ। ਇੱਧਰ ਕਹਿੰਦੇ ਗਗੜੇ ਵਾਲਾ ਨਿੱਕਿਆ ਹੋ ਤਕੜਾ ਨੌਜਵਾਨਾ ਲਓ ਦੇਖਣਾ ਵੀ ਮੁਕਾਬਲਾ ਸਖਤ ਹੈ ਖੇਡ ਦੇ ਮੈਦਾਨ ਦੇ ਵਿੱਚ ਭਾਈ ਹੋਈ ਕਬੱਡੀ ਹੈ ਗੋਲੂ ਖਗੜੇ ਦਾ ਨਿੱਕਾ ਪੁਰਾਣੇ ਵਾਲੇ ਦਾ ਮੁਕਾਬਲਾ ਹੋ ਗਿਆ ਤੇ ਪੁਆਇੰਟ ਰੇਡਰ ਦਾ ਖੇਡ ਮੈਦਾਨ ਦੇ ਵਿੱਚ ਵੱਧ ਅੱਗੇ ਨੌਜਵਾਨਾ ਪਾ ਕਬੱਡੀ ਇੱਧਰ ਫੜ ਗੋਲੂ ਨੌਜਵਾਨਾ 100-100 ਦੇ ਨੋਟ ਤੇਜੀ ਕਪੂਰਾਂ ਦਾ 100 ਦਾ ਨੋਟ ਮਨਜੀਤੇ ਵਾਲਿਓ ਹੋਰ ਆ ਗਿਆ ਜੀ 7-12 ਮੈਂਬਰ ਵਾਲਿਓ ਮਾਹੀ ਰਿਜ਼ੋਰਟ ਵਾਲਿਓ 100 ਦਾ ਨੋਟ ਆ ਪੁਆਇੰਟ ਤੇ ਫੇਰ ਲੱਗ ਗਿਆ ਜੀ ਗੇਜੀ ਤੇ ਬਾਈ 100 ਦਾ ਨੋਟ ਜੀ ਬਾਈ ਸੁਖਦੇਵ ਬਾਈ ਜਗਤਾਰ ਜੀ ਆਪਾਂ ਧੰਨਵਾਦ ਕਰਦੇ ਹਾਂ ਪਹਿਲੇ ਉਹਨਾਂ ਨੇ ਸਮਾਂ ਕੱਢਿਆ। ਇੱਧਰ ਪੁਆਇੰਟ ਰੇਡਰ ਦਾ ਪੁਆਇੰਟ ਗੇਜੀ ਦਾ ਕਪੂਰਾਂ ਵਾਲੇ ਗੇਜੀ ਦਾ ਪੁਆਇੰਟ ਹੈ ਕਹਿੰਦੇ ਇੱਧਰ ਕਹਿੰਦੇ ਨੌਜਵਾਨ ਗੱਭਰੂ ਨਿੰਦੂ ਇੰਦਗੜ ਵਾਲਾ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ 100 ਰੁਪਇਆ ਨਿੰਦੂ ਦੇ ਫੇਰ ਲੱਗ ਗਿਆ ਜੀ ਮਨਜੀਤੇ ਮੈਂਬਰ ਵਾਲਿਓ ਪੁਆਇੰਟ 100 ਦਾ ਪੁਆਇੰਟ ਰੇਡਰ ਦਾ ਪਿੰਡਾ ਗੱਲ ਵਾਲਿਓ 100 ਦਾ ਪੁਆਇੰਟ ਇੰਦਗੜ ਵਾਲੇ ਨਿੰਦੂ ਦਾ 100 ਵਾਲਿਆਂ ਵਾਲਿਓ 7-12 ਮੈਂਬਰ ਵਾਲਿਓ 100 ਦਾ ਨੋਟ ਆ ਗਿਆ ਜੀ ਨਿੰਦੂ ਦਾ ਸੀ ਪੁਆਇੰਟ ਆ।
भाई जी मैं समापत है इंदगढ़ के पॉइंट है 16 प्राणीवाल के पॉइंट है 12 इंदगढ़ फास्ट प्राणीवाल सैकेंड लो जी पॉइंट वाली कापी साढ़े को ले लो अभी माही रिजोर्ट वाले तो 7 बार मैंबर तो उन्हें 100-100 के नोट आगे फड़ने साढ़े को कापी पॉइंट वाली पहुंचती कर दो जी पॉइंट वाली कापी भाई जी उन्हें 100-100 के नोट अभी 7 बार मैंबर लिखो कापी साढ़े को पहुंची कर दो अभी पॉइंट खिडारियों को पैसे देने जी साढ़े पैसे इधर आए हुए हैं 100-100 के नोट उन्हें पहुंचते कर दो जी नाले तो माही रिजोर्ट वाले 100-100 के नोट जी 100-100 के जिन्हें पॉइंट सी उन्हें 100-100 के नोट पिंड निम्मे 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 हेलो हेलो निम्मे कापी लेके आ रहा है नहीं निम्मे निम्मे भाई कापी हेलो दीप एक मिनट भरे हाँ जी असी टूरनामेंट कमेटी वाली जिहड़ियां एलईडियां नू दित्तियां है गुरकर्म सिंह हांगकांग माहिर जो डाले सतपाल मैंबर ਉਹਨਾਂ ਵੱਲੋਂ 100-100 ਦੇ ਨੋਟ ਦਿੱਤੇ ਜਾਣੇ ਆ ਜਿਹੜੀ ਟੀਮ ਜਿੱਤੀ ਆ ਉਹਨਾਂ ਨੂੰ ਵੀ ਉਹਨੇ 100 ਦੇ ਨੋਟ ਤੇ ਜਿਹੜੀ ਟੀਮ ਹਾਰੀ ਆ ਉਹਨਾਂ ਨੂੰ ਵੀ ਉਹਨੇ 100-100 ਦੇ ਨੋਟ ਗੱਚਨ ਸਿੰਘ ਹਾਂਗਕਾਂਗ ਮਾਹਿਰ ਦੇ ਟਾਲੇ ਤੇ ਸਤਪਾਲ ਮੈਂਬਰ ਉਹਨਾਂ ਵੱਲੋਂ 100-100 ਦੇ ਨੋਟ ਦਿੱਤੇ ਜਾਣੇ ਆ ਜਿੰਨੇ ਵੀ ਪੁਆਇੰਟ ਹੋਏ ਦੋਵੇਂ ਟੀਮਾਂ ਦੇ ਹਾਂਜੀ ਇੱਕ ਮਿੰਟ ਪਲੀਜ਼ ਥੋੜ੍ਹਾ ਅਸੀਂ ਇਹ ਟੂਰਨਾਮੈਂਟ ਕਮੇਟੀ ਵੱਲੋਂ ਬੇਨਤੀ ਕਰਦੇ ਹਾਂ ਵੀ ਜਿਹੜੀਆਂ ਆਪਾਂ ਐਲਈਡੀਆਂ ਦਿੱਤੀਆਂ ਸੈਂਸੂਈ ਕੰਪਨੀ ਜਪਾਨ ਦੀਆਂ ਦਿੱਤੀਆਂ ਗਰੰਟੀ ਕਾਰਡ ਸਾਡੇ ਕੋਲ ਆ ਜੇ ਕਹਿੰਦਾ ਵਾ ਜਿਹੜੇ ਪਲੇਅਰ ਲੈ ਕੇ ਗਏ ਆ ਜੇ ਉਹਨਾਂ ਨੇ ਕਨਵਰਟ ਵੀ ਕਰਨੀ ਹੈ ਕਿਉਂਕਿ ਸਾਨੂੰ 32 ਇੰਚ ਮਿਲ ਨਹੀਂ ਸਕੀਆਂ 28 ਇੰਚ ਦਿੱਤੀਆਂ ਗਰੰਟੀ ਕਾਰਡ ਸਾਡੇ ਕੋਲ ਆ 7 ਬੈਲ ਤੇ ਗਰੰਟੀ ਕਾਰਡ ਨਾਲ ਲੈ ਕੇ ਜਾਣਾ ਉਹਨਾਂ ਨੇ ਤੇ ਜੇ ਕਹਿੰਦੇ ਕਨਵਰਟ ਵੀ ਕਰਨੀ ਉਹ ਲੈ ਸਕਦਾ ਤੇ ਅਸੀਂ ਦੇਸੀ ਕੰਪਨੀ ਵੀ ਦਿੱਤੀਆਂ ਤੇ ਬਹੁਤ ਵਧੀਆ ਕੰਪਨੀਆਂ ਸੈਲਸਰੀਆਂ ਦਿੱਤੀਆਂ ਸਾਤੋਂ ਕਮੇਟੀ ਕੋਲੋਂ ਬਿੱਲ ਵੀ ਨਹੀਂ ਆ ਸਕਦੇ ਆ ਨਾਲ ਕੱਲ ਨੂੰ ਕੋਈ ਨੁਕਸ ਪੈਂਦਾ ਜਾਂ ਉਹਨਾਂ ਨੇ ਵੱਡੀਆਂ ਲੈਣੀਆਂ ਕਨਵਰਟ ਕਰਨਾ ਜੋ ਵੀ ਕਰਨਾ ਉਹ ਪਲੇਅਰ ਸਾਤੋਂ ਲਿਜਾ ਸਕਦੇ ਆ ਹਾਂਜੀ ਉਹ ਨਾਲ ਮੇਰੇ ਸਮਾਰੋਹ ਬਾਈ ਜੀ ਟੈਂਕੂ ਜਿੱਥੇ ਵੀ ਹੋਵੇ ਜਨ ਸਿੰਘ ਉਹ 6 ਰੈਫਰੀ ਸੀਗੇ ਉਹਨਾਂ ਨੂੰ ਪਲੀਜ਼ 600 ਰੁਪਇਆ ਇੱਕ ਰੈਫਰੀ ਨੂੰ ਦੇਤਾ ਵਾ ਉਹ ਭਾਈ ਇੱਕ ਦੂਜੇ ਨੂੰ ਸੰਪਰਕ ਕਰ ਲੈਣਾ ਰੈਫਰੀਆਂ ਦੀ ਉਹਨਾਂ ਨੇ ਸਹਾਇਤਾ ਕੀਤੀ ਆ ਗੱਜਨ ਸਿੰਘ ਹਾਂਗਕਾਂਗ ਮਾਹਿਰ ਕੋਟ ਵਾਲਿਆਂ ਨੇ ਨਿੰਮੇ ਪੁਆਇੰਟ ਦੱਸ ਕੇ ਇਹ ਦੋਵੇਂ ਟੀਮਾਂ ਦੇ ਗੱਜਨ ਸਿੰਘ ਹਾਂਗਕਾਂਗ ਮਾਹਿਰ ਕੋਟ ਵਾਲੇ ਤੇ ਸਤਪਾਲ ਸਿੰਘ ਮੈਂਬਰ ਉਹਨਾਂ ਦੇ ਉਹਨੇ 100-100 ਦੇ ਨੋਟ ਫਾਲੋ ਹੋਈ ਉਹਨਾਂ ਨੇ ਖਿਡਾਰੀਆਂ ਦੀ ਬਹੁਤ ਹੌਸਲਾ ਅਫਜ਼ਾਈ ਕੀਤੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਚਰਨ ਸਿੰਘ ਮਾਹਿਰ ਜੋਟ ਵਾਲਿਆਂ ਦਾ ਤੇ ਸਤਪਾਲ ਸਿੰਘ ਮੈਂਬਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦਾ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਤੇ ਆਏ ਹੋਏ ਸਾਰੇ ਪਤਵੰਤੇ ਸੱਜਣਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਟੂਰਨਾਮੈਂਟ ਦੀ ਰੌਣਕ ਨੂੰ 4 ਚੰਦ ਲਾਏ ਆ ਹੈਲੋ ਟੈਂਕੂ ਆ ਰਿਹਾ ਵੀਰੇ ਕਿੱਥੇ ਆ ਟੈਂਕੂ ਨਿੰਮੇ ਇੱਕ ਮਿੰਟ ਨਿੰਮੇ ਉਹ ਕਿੱਧਰ ਗਏ ਆ ਜਾਓ ਯਾਰ ਆ ਬਾਈ ਦੱਸ ਆ ਜਾ ਹੈਲੋ ਹਾਂਜੀ
कबड्डी ओपन दे फाइनल मैच दे एलसीडी एलईडी दे निंदू निंदू ने सात रेडा मारिया उहदे विचों एक जफा लग्या गोलू ने छे रेडा मारिया छे पॉइंट ले आ गोरी ने एक रेड मारी आ एक पॉइंट लिया रेशम ने सात रेडा मारिया सात पॉइंट ले आ गेजी ने एक रेड मारी आ एक लिया प्री एलईडी दे बिना रह गया रेशम ते बगीचा एंदगड़िया भाई जी जे तुहानू साडे फैसले तो तुसी खुशियां खुश आ तां ताड़ियां मार दिओ हेलो हेलो एंदगाड़ टीम दे 16 पॉइंट सी ते पुराने वाली टीम दे 12.5 पॉइंट